ਹਾਂਜੀ ਦੋਸਤੋ, ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਦੋ ਟਰੈਕਟਰ, ਮੈਸੀ ਅਤੇ ਪ੍ਰੀਤ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਮੈਸੀ 9500। ਟਰੈਕਟਰ ਵਧੀਆ ਹਾਲਤ ਦੇ ਵਿੱਚ ਪਕਾਊ ਹੈ, 1428 ਦੇ ਟਾਇਰ ਨੇ, 4 ਸਿਲੰਡਰ ਟਰੈਕਟਰ। ਤਸਵੀਰਾਂ ਜੋ ਕਿ ਤੁਸੀਂ ਟਰੈਕਟਰ ਦੀਆਂ ਦੇਖ ਸਕਦੇ ਹੋ, ਮਾਡਲ 2021, ਡਿਮਾਂਡ ਰੱਖੀ ਗਈ ਹੈ 7,25,000 ਰੁਪਏ, ਛੱਤਰੀ ਲੱਗੀ ਹੋਈ। ਟਰੈਕਟਰ ਜੋ ਕਿ ਵਧੀਆ ਹਾਲਤ ਦੇ ਵਿੱਚ, ਇਹ ਬਕਾਊ ਹੈ, ਏਰੀਆ ਬਰਨਾਲਾ, 1628 ਦੇ ਟਾਇਰ ਨੇ, ਨਾਈਲੋਨ ਦੇ। ਟਰੈਕਟਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚਾਰੇ ਸਾਈਡਾਂ ਤੋਂ। ਜੋ ਵੀ ਕਿਸਾਨ ਵੀਰ ਟਰੈਕਟਰ ਮੈਸੀ ਲੈਣ ਦਾ ਚਾਹਵਾਨ ਹੋਵੇ ਤਾਂ ਇਹਨਾਂ ਵੀਰਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ। ਟਰੈਕਟਰ ਵਧੀਆ ਹਾਲਤ ਦੇ ਵਿੱਚ, ਜੋ ਕਿ ਪਾਵਰ ਟਰੈਕਟਰ ਪਕਾਊ ਹੈ, ਏਰੀਆ ਬਰਨਾਲਾ ਮੈਸੀ 9500 ਟਰੈਕਟਰ, ਡਿਮਾਂਡ 725, ਮਾਡਲ 2021 ਡਿਮਾਂਡ ਰੱਖੀ ਹੋਈ ਹੈ 7,25,000 ਰੁਪਏ। ਅਤੇ ਅਗਲਾ ਟਰੈਕਟਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਟਰੈਕਟਰ ਹੈਗਾ ਜੀ ਪ੍ਰੀਤ। ਟਰੈਕਟਰ ਪ੍ਰੀਤ ਮਾਡਲ 2021, 4,75 ਰੇਟ ਡਿਮਾਂਡ ਰੱਖੀ ਗਈ ਹੈ, 4 ਸਿਲੰਡਰ ਪ੍ਰੀਤ ਟਰੈਕਟਰ। ਟਾਇਰਾਂ ਦੀ ਹਾਲਤ ਬਹੁਤ ਵਧੀਆ ਅਤੇ ਟਰੈਕਟਰ ਦੀ ਹਾਲਤ ਵੀ ਬਹੁਤ ਵਧੀਆ ਸਾਫ਼ ਪਈ ਹੈ। ਅਤੇ ਤਸਵੀਰਾਂ ਦੇ ਵਿੱਚ ਜੋ ਕਿ ਤੁਸੀਂ ਦੇਖ ਸਕਦੇ ਹੋ, ਪਾਵਰ ਟਰੈਕਟਰ ਪ੍ਰੀਤ 6058 ਟਰੈਕਟਰ। ਜੋ ਵੀ ਕਿਸਾਨ ਵੀਰ ਟਰੈਕਟਰ ਪ੍ਰੀਤ ਜਾਂ ਮੈਸੀ ਲੈਣ ਦਾ ਚਾਹਵਾਨ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਜੋ ਕਿ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਵੀਰ ਦੇ ਨਾਲ ਕੰਟੈਕਟ ਕਰ ਸਕਦੇ ਹੋ। 1628 ਦੇ ਟਾਇਰ ਨੇ, ਅਪੋਲੋ ਦੇ। ਅਤੇ ਟਰੈਕਟਰ ਵਧੀਆ ਸਾਫ਼ ਹਾਲਤ ਵਿੱਚ ਹਨ ਦੋਨੋਂ। ਅਤੇ ਜੋ ਵੀ ਟਰੈਕਟਰ, ਜੋ ਵੀ ਕਿਸਾਨ ਵੀਰ ਲੈਣ ਦਾ ਚਾਹਵਾਨ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰਕੇ ਅਤੇ ਟਰੈਕਟਰਾਂ ਦੇ ਸੰਬੰਧਿਤ ਸਾਰੀ ਜਾਣਕਾਰੀ ਲੈ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਏਰੀਆ ਬਰਨਾਲਾ। ਧੰਨਵਾਦ ਜੀ।